ਕਿੱਦਾਂ ਰਹੇ ਹੁਣ? ਬਹੁਤ ਵਧੀਆ ਸਰ। ਹਫ਼ਤਾ ਹੋ ਗਿਆ? ਹਾਂਜੀ ਬਿਲਕੁਲ। ਕਿੰਨਾ ਭਾਰ ਘਟਿਆ? 4 ਕਿਲੋ ਸ਼ਾ। ਕੋਈ ਨੌਜ਼ੀਆ ਵੋਮਿਟਿੰਗ? ਨੋ 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 ਨੋ। ਆਹੀ ਗੱਲਾਂ ਨੇ ਜਿਹੜੇ ਸਾਰਿਆਂ ਦੱਸ ਕੇ ਹਟੇ ਆ। ਨਿਊਟ੍ਰੀਸ਼ਨ ਦਾ ਧਿਆਨ ਰੱਖਣਾ ਜੀ, ਭਾਰ ਬਹੁਤਾ ਚੈੱਕ ਕਰਨ ਦੀ ਲੋੜ ਹੀ ਨਹੀਂ, ਭਾਰ ਤਾਂ ਇਹਨੇ ਸਭ ਕਰ ਦੇਣਾ ਸੈੱਟ। ਠੀਕ ਹੈ ਸਰ। ਬਾਕੀ ਇਸ ਆਪਰੇਸ਼ਨ ਨੇ ਤੁਹਾਨੂੰ ਜ਼ਿਆਦਾ ਨਹੀਂ ਖਾਣ ਦੇਣਾ। ਠੀਕ ਹੈ ਜੀ। ਅਤੇ ਬਾਕੀ ਜੇ ਗਲਤ ਵੀ ਖਾਵਾਂਗੇ, ਫੈਟ ਵਗੈਰਾ ਜ਼ਿਆਦਾ ਖਾਵਾਂਗੇ ਤਾਂ ਉਹ ਲੈਟਰਿਨ 'ਚ ਤੇਲ ਜਿਹਾ ਨਿਕਲ ਜਾਂਦਾ। ਨਹੀਂ ਹੁਣ ਵੀ ਮਤਲਬ ਦੁੱਧ ਜਿਵੇਂ, ਹਾਂ ਹਾਂ, ਅਤੇ ਉਹ ਫੁੱਲ ਫੈਟ ਵਾਲਾ ਵੇਰਕਾ ਵਾਲਾ ਪੀਣਾ ਵੀ ਉਹ ਪੀਣਾ ਚਾਹੀਦਾ। ਲੱਸੀ ਟਾਈਪ ਜਿਵੇਂ ਫੈਟ ਨਾ ਹੋਵੇ ਦੁੱਧ 'ਚ, ਉਹ ਬੈਟਰ ਆ। ਉਹਦਾ ਉਤਾਰ ਦਿਆ ਕਰੋ, ਉਹਦੇ 'ਚੋਂ ਫੈਟ ਕੱਢ ਦਿਓ। ਹਸਕੇ ਮਿਲਕ ਜਿਵੇਂ ਆਪਾਂ ਮਲਾਈ ਲਾ ਕੇ, ਹਾਂ ਉਹ ਬੈਸਟ ਆ, ਉਹ ਬੈਸਟ। ਠੀਕ ਹੈ। ਅਤੇ ਬਸ ਇਕੱਲਾ ਦੁੱਧ ਵੀ ਮੰਨ ਲਓ 1.5 ਕਿਲੋ ਪੀਤਾ ਜਾਏ ਤਾਂ ਤੁਹਾਡੇ ਵਾਸਤੇ ਸਫੀਸ਼ੀਐਂਟ, ਕਿਉਂਕਿ ਉਹਦੇ 'ਚ ਸਾਰੀ ਨਿਊਟ੍ਰੀਸ਼ਨ ਜੋ ਚਾਹੀਦੀ ਹੈ ਪੂਰੀ ਕੰਪਲੀਟ ਹੈ ਜੀ। ਇੰਟਰਨਲ ਸਿਸਟਮ ਤੁਹਾਡਾ ਠੀਕ ਆ ਸਾਰਾ? ਠੀਕ ਹੈ ਸਰ। ਫਲੋ ਵਗੈਰਾ ਇਹਦਾ, ਡਿਜ਼ਾਈਨਿੰਗ ਨੰਬਰ ਉਹ ਪਰਫੈਕਟ ਆ, ਰਿਜ਼ਲਟ ਪੂਰਾ ਵਧੀਆ ਮਿਲਣਾ ਚਾਹੀਦਾ ਆਪਾਂ ਨੂੰ। ਜਿਮ, ਪ੍ਰੋਟੀਨ, ਠੀਕ ਹੈ, ਕਿਉਂਕਿ ਹੁਣ ਤੁਹਾਡਾ ਰੋਜ਼ ਰੋਜ਼ ਵੇਟ ਘਟੀ ਜਾਣਾ ਘਟੀ ਜਾਣਾ। ਆਪਾਂ ਚਾਹੁੰਦੇ ਹਾਂ ਵੀ ਆਹ ਜਿਹੜੀ ਚਮਕ ਆ ਚਿਹਰੇ ਦੀ ਜੀ, ਇਹ ਨਹੀਂ ਘਟਣੀ ਚਾਹੀਦੀ। ਹਾਂ ਬਿਲਕੁਲ। ਉਹਦੇ ਲਈ ਨਿਊਟ੍ਰੀਸ਼ਨ ਚਾਹੀਦੀ ਹੈ ਜੀ। ਅਤੇ ਇਹ 15-20 ਦਿਨਾਂ ਤੱਕ ਵਰਜਿਸ਼ ਸ਼ੁਰੂ ਕਰ ਦੇਣੀ ਹੈ।